ਇਸ ਵੀਡੀਓ ਵਿੱਚ ਗਾਲਾਂ ਦਾ ਭਰਪੂਰ ਇਸਤੇਮਾਲ ਕੀਤਾ ਗਿਆ ਹੈ। ਕਿਰਪਾ ਕਰਕੇ ਕੰਨਾਂ ਨੂੰ ਹੈੱਡਫੋਨ ਲਾ ਲਓ, ਬਾਅਦ ਵਿੱਚ ਨਾ ਕਿਹੋ ਕਿ ਘਰ ਦੇ ਕੋਲੋਂ ਛਿੱਤਰ ਪਲੇਟ ਹੋ ਗਈ। ਹਾਂਜੀ ਮਿੱਤਰੋ ਦੇ ਵੇਲੀਏ ਤੇ ਉਹਨਾਂ ਦੀਆਂ ਪਿਆਰੀਆਂ ਪਿਆਰੀਆਂ ਸਹੇਲੀਓ, ਕੀ ਹਾਲ ਆ ਤੁਹਾਡੇ ਸਾਰਿਆਂ? ਵਧੀਆ, ਘੈਂਟ ਹੋ? ਘੈਂਟ ਰਿਹਾ ਕਰੋ ਯਾਰ, ਜ਼ਿੰਦਗੀ ਬਹੁਤ ਛੋਟੀ ਜੀ ਆ। ਅੱਜ ਅਸੀਂ ਗੱਲ ਕਰਨੀ ਆ ਸੁਰਲੀਨ ਦੀ ਤੇ ਮਿਸਟਰ ਐਂਡ ਮਿਸਿਸ ਬਾਵਾ ਦੀ। ਉਹ ਅੱਗੇ ਗੱਲ ਕਰਦੇ ਆ, ਉਹ ਗੱਲ ਕੀ ਕਰਨੀ ਪਹਿਲਾਂ? ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਕਹਿ ਦਊਂ, ਕੰਨਾਂ 'ਚ ਟੂਟੀਆਂ ਟਾਟੀਆਂ ਲਾ ਲਓ, ਜਿਹੜੇ ਗਾਲਾਂ ਤੋਂ ਪਰਹੇਜ਼ ਕਰਦੇ ਨੇ ਵੀਡੀਓ ਛੱਡ ਕੇ ਚਲੇ ਜਾਓ, ਠੀਕ ਆ ਨਾ? ਅੱਜ ਦੀ ਗਾਲਾਂ ਖੁੱਲੀਆਂ ਔਰ ਫੱਬੀਆਂ ਆਣਗੀਆਂ, ਜਿੰਨੀਆਂ ਦਿਲ ਤੋਂ ਅੰਦਰੋਂ ਨਿਕਲਣਗੀਆਂ। ਤੇ ਹੁਣ ਜਦ ਕੋਈ ਇਹ ਵੀਡੀਓ ਖੋਲੂ, ਬਸ ਇੱਕੋ ਹੀ ਗੱਲ ਬੋਲੂ, ਬਕਚੋਦੀ ਉਡਾਲੇ ਮਾਰਦੇ ਆ ਪੂਰਾ ਸ਼ਾਟ। ਚਲੋ ਮਿਲ ਕੇ ਕਰਦੇ ਆ ਵੀਡੀਓ ਸਟਾਰਟ। ਇਕੱਲਿਆਂ ਨਾਲ ਯਾਰੀ ਨਹੀਂ ਤੇ ਆਪਣਿਆਂ ਨਾਲ ਗਦਾਰੀ ਨਹੀਂ। ਅੱਖ ਆ ਗਿਆ ਬਲੈਕ, ਅਸੀਂ ਮੰਦਰੇ ਦੀ ਸਗਾਤ ਦਾ ਕੁੱਤਾ ਵੀ ਨਾ ਪਾਲਾ ਭੈਣ ਚੋਦਾ ਤੇਰੀ ਜਾਤ ਦਾ। ਸਭ ਤੋਂ ਪਹਿਲਾਂ ਗੱਲ ਕਰਦੇ ਆ ਸੁਰਲੀਨ ਕੌਰ ਦੀ। ਇਹਨੂੰ ਕੌਰ ਕਹਿਣਾ ਵੀ ਇੱਕ ਕੌਰ ਸ਼ਬਦ ਦੀ ਬਦਨਾਮੀ ਹੈ, ਕਿਉਂਕਿ ਇਸ ਕੁੜੀ ਨੇ ਪੰਜਾਬ ਦੀਆਂ ਕੁੜੀਆਂ ਨੂੰ ਕਿੰਨਾ ਮੈਨੂਪਲੇਟ ਕੀਤਾ ਵਾ, ਆਪਣੇ ਗਲਤ ਤਰੀਕੇ ਨਾਲ, ਇੰਨੇ ਗਲਤ ਤਰੀਕੇ ਨਾਲ ਕੁੜੀਆਂ ਨੂੰ ਮੈਨੂਪਲੇਟ ਕੀਤਾ, ਇਹਦੇ ਪਿੱਛੇ ਲੱਗ ਕੇ ਕਿੰਨੀਆਂ ਜਸਨੀਤ ਵਰਗੀਆਂ ਇਹਦੇ ਵਰਗੀਆਂ ਖੜੀਆਂ ਉਤਰੀਆਂ, ਸੋਫੀਆ ਅਨਸਾਰੀ ਜਾਂ ਇਹ ਮਿਤੀ ਕਲੇਰ, ਆਹ ਸਾਰੀਆਂ ਇੱਕੋ ਹੀ ਥਲੀ ਦੀਆਂ ਚੱਟੀਆਂ ਵੱਟੀਆਂ। ਜਿਵੇਂ ਕਮਲ ਕੌਰ ਦੀ ਵੀ ਗੱਲ ਕਰ ਲਈਏ, ਕਹਿੰਦਾ ਗੰਦੀਆਂ ਜਨਾਨੀਆਂ ਨੇ ਪੰਜਾਬ ਦਾ ਇੰਨਾ ਮਾਹੌਲ ਗੰਦਾ ਕਰ ਦਿੱਤਾ, ਇੰਨਾ ਮਾਹੌਲ ਗੰਦਾ ਕਰ ਦਿੱਤਾ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਸੋਚ ਰਹੀਆਂ ਕਿ ਅਸੀਂ ਵੀ ਇਹਦੇ ਵਰਗਾ ਬਣ ਜਾਈਏ, ਕਿਉਂਕਿ ਇਹਦੇ ਫੋਲੋਵਰ ਹੀ ਇੰਨੇ ਨੇ। ਹੁਣ ਕੋਈ ਨਾ ਕੋਈ ਤਾਂ ਪਾਗਲ ਕੁੜੀ ਹੋਊਗੀ ਨਾ ਜਿਹੜੀ ਇਹਦੇ ਪਿੱਛੇ ਲੱਗ ਕੇ ਪੈਸੇ ਦੇਖ ਕੇ ਤੇ ਇਹਦੇ ਮਗਰ ਇਹਦੇ ਰਾਹ ਤੁਰ ਪਊਗੀ ਜੀ। ਇਹਦਾ ਇਟਲੀ ਵਾਲੇ ਬਾਈ ਨਾਲ ਪੰਗਾ ਪਿਆ, ਠੀਕ ਹੈ? ਇੱਕ ਦੂਜੇ ਨੂੰ ਰਿਪਲਾਈ ਦੇਣ ਨਾ ਦੇਣ ਕੋਈ ਚੱਕਰ ਨਹੀਂ, ਉਹਦੇ ਵਿੱਚ ਇਹਨੇ ਬੱਚਿਆਂ ਨੂੰ ਇਨਵੋਲਵ ਕਰਤਾ। ਜਿੱਥੇ ਇਟਲੀ ਵਾਲੇ ਦੇ ਬਾਈ ਦੇ ਬੱਚਿਆਂ ਨੂੰ ਇਨਵੋਲਵ ਕੀਤਾ ਇਹਨਾਂ ਨੇ, ਉੱਥੇ ਜਾ ਕੇ ਵੱਟ ਚੜਿਆ ਜੀ ਭੈਣ ਦਾ ਫੁੱਦਾ ਮਾਰਿਆ, ਭੈਣ ਦੇ ਲੌੜੇ ਦੀ ਕੁੱਤੀ ਜਨਾਨੀ ਦਾ, ਕਿ ਭੈਣ ਦੇ ਆਪਣੀ ਫੁੱਦੀ ਦਾ ਤੇ ਫਗਵਾੜਾ ਬਣਾ ਰੱਖਿਆ ਪਹਿਲਾਂ ਹੀ, ਭੈਣ ਦੇ ਭਾਂਤ ਭਾਂਤ ਦੇ ਲੈ ਗਏ। ਤੇ ਇਟਲੀ ਵਾਲੇ ਬਾਈ ਨੂੰ ਕਹਿ ਰਹੀ ਕਿ ਤੇਰੀ ਲੁੱਲੀ ਨਿੱਕੀ ਜੀ ਆ, ਲੁੱਕੀ ਉਹਦੀ ਨਿੱਕੀ ਜੀ ਲੁੱਲੀ ਲੱਗਣੀ ਹੈ ਤੈਨੂੰ, ਜਦ ਤੂੰ ਹਾਥੀ ਵਰਗੇ ਤੇ ਘੋੜੇ ਵਰਗੇ ਤੇ ਵੱਡੇ ਵੱਡੇ ਸੰਦ ਲੈਣੇ ਨੇ, ਅਫਰੀਕਨ ਉਹ ਗੋਰੀਲਿਆਂ ਵਰਗਿਆਂ ਦੇ ਵੱਡੇ ਵੱਡੇ ਲੰਬੇ ਐਡੇ ਲੰਬੇ ਲੋੜੇ ਲੈਣੇ ਨੇ, ਤੇ ਤੈਨੂੰ ਫਿਰ ਇੰਨੇ ਇੰਨੇ ਇੰਨੀਆਂ ਇੰਨੀਆਂ ਲੁੱਲੀਆਂ ਨਾਲ ਕੀ ਫਰਕ ਪੈਣਾ, ਸਮਝ ਰਹੇ ਆ ਨਾ? ਹਰਾਮ ਜਦੀ ਕੁੱਤੀ ਏ, ਤੂੰ ਇਟਲੀ ਵਾਲੇ ਬਾਈ ਨੂੰ ਕਹਿ ਰਹੀ ਹੈ ਕਿ ਹਾਂ ਵੀ ਉਹ ਆਪਣੇ ਬੱਚਿਆਂ ਨਾਲ, ਤੇਰੀ ਮਾਂ ਦਾ ਫੁੱਦਾ ਭੈਣ ਦਾ ਲੋੜੇ ਦੇ, ਤੂੰ ਆਪਣੇ ਬੁੜੇ ਨਾਲ ਕਰਦੀ ਰਹੀ ਹੈ ਇਦਾਂ, ਤੇਰਾ ਬੁੜਾ ਕਰਦਾ ਰਿਹਾ ਤੇਰੇ ਨਾਲ ਇਦਾਂ, ਤਾਂ ਹੀ ਉਹ ਆਪਣਾ ਲੱਕ ਫੜ ਕੇ ਬੈਠਾ ਦਾ ਭੈਣ ਚੋਦੇ ਮੰਜੇ ਤੇ ਪਿਆ ਵਾ। ਹਰਾਮ ਜਦੀ ਇਹ ਕੁੱਤੇ ਦੀ ਬੱਚੀ, ਕਿਤੇ ਬੋਲਣ ਤੋਂ ਪਹਿਲਾਂ ਸੋਚ ਲਿਆ ਕਰ, ਤੇਰੀ ਮਾਂ ਦੀ ਮਾਰੀ ਤੇਰੀ ਦੀ ਲੰਨ ਭੈਣ ਦੇ ਲੋੜੇ ਦੀ ਹੈ, ਫੁੱਦੀ ਆਉਂਦੀ ਹੈ ਤੈਨੂੰ, ਕਿੰਨੇ ਇੰਨਾ ਹੱਕ ਦੇ ਤਾ ਕਿ ਉਹਨੂੰ ਉਹਦੇ ਬੱਚਿਆਂ ਨਾਲ ਸਵਾ ਦੂੰਗਾ, ਤੂੰ ਆਪਣੇ ਪਿਓ ਨਾਲ ਸੌਂਦੀ ਰਹੀ ਆ, ਭੈਣ ਦੇ ਲੋੜੇ ਦੀ ਗਸਤੋੜ, ਮਾਂ ਦੇ ਲੋੜੇ ਦੀ, ਇੱਕ ਭੈਣ ਚੋਂ ਪੰਜਾਬ ਚੋਂ ਨਿਕਲੀ ਆ ਭੈਣ ਦੀ ਫੁੱਦੀ, ਇਹੋ ਜਿਹੀ ਰੰਡੀ ਦੀ ਪਤਾ ਨਹੀਂ ਕਿੱਥੋਂ ਨਿਕਲੀ ਆਈ ਹੈ, ਕਿਹੜੇ ਮਾਂ ਦੇ ਭੂਸੇ 'ਚ ਨਿਕਲੀ ਆ ਇਹ, ਸਾਲੇ ਹਜ਼ਾਰ ਪਿਓ ਦੀ ਇੱਕ ਨਜਾਇਜ਼ ਔਲਾਦ ਆ ਮਾਂ ਦੇ ਲੋੜੇ ਦੀ ਤੂੰ, ਭੈਣ ਚੋਦ ਨੇ ਕਿੱਦਾਂ, ਮਤਲਬ ਕਿ ਇਟਲੀ ਵਾਲੇ ਬਾਈ ਨੂੰ ਕਹਿੰਦਾ ਕਿ ਹਾਂ ਵੀ ਉਹ ਆਪਣੇ ਬੱਚਾ, ਤੇਰੀ ਮਾਂ ਦਾ ਫੁੱਦਾ ਤੇਰੀ ਦਾ, ਤੇਰੀ ਫੁੱਦੀ ਦਾ ਬਣਿਆ ਫਗਵਾੜਾ ਪਹਿਲਾਂ ਹੀ ਭੈਣ ਚੋਦ ਦੇ, ਤੂੰ ਪਤਾ ਨਹੀਂ ਕਿੰਨੇ ਲੈ ਕੇ ਸੜ ਚੁੱਕੀ ਆ ਮਾਂ ਦੇ ਲੋੜੇ ਦੀ, ਤੈਨੂੰ ਨਿੱਕੀਆਂ ਨਿੱਕੀਆਂ ਲੁੱਲੀਆਂ ਪਸੰਦ ਨਹੀਂ ਆਉਣੀਆਂ, ਤਾਂ ਹੀ ਤਾਂ ਉੱਥੇ ਜਾ ਕੇ ਕੈਨੇਡਾ ਜਾ ਕੇ ਗਾਣ ਮਰਵਾਰੀਆਂ ਨਾ ਮਿੱਤੀ ਨਾਲ, ਉਹ ਤੇ ਹੈ ਹੀ ਹਰਾਮ ਦੀ, ਤੂੰ ਉਹਦੇ ਨਾਲ ਰਲ ਗਿਆ, ਤੂੰ ਵੀ ਹਰਾਮ ਦੀ ਬਣ ਗਈ, ਤੂੰ ਕੀ ਸੋਚਦੀ ਆ ਕਿ ਹਾਂ ਵੀ ਤੂੰ ਜੋ ਮਰਜ਼ੀ ਕਰ ਬੋਲੀ ਜਾਵੇਂ, ਕਿਹਨੇ ਤੈਨੂੰ ਕੋਈ ਬੋਲਣਾ ਹੀ ਨਹੀਂ ਹੈਗਾ? ਉਹ ਇਟਲੀ ਵਾਲਾ ਪਤਾ ਨਹੀਂ ਬਾਈ ਕਿਉਂ ਚੁੱਪ ਕਰਕੇ ਬਹਿ ਗਿਆ ਇਹਦਾ, ਅਜੇ ਤੱਕ ਮੈਨੂੰ ਲੱਗਦਾ ਕਿ ਹਾਂ ਵੀ ਭੈਣ ਚੋਦੇ ਤੁਹਾਡੀ ਵਰਗੀਆਂ ਮੈਂਟੈਲਿਟੀ ਨੇ ਗੰਦੀਆਂ ਔਰਤਾਂ ਬਾਅਦ ਚੋਂ ਸਾਲੀਆਂ ਕਿਤੇ ਇਲਜ਼ਾਮ ਹੀ ਲਾ ਦੇਣ ਕਿ ਹਾਂ ਵੀ ਮੈਂ ਇਹਦੇ ਕਰਕੇ ਮਰਨ ਲੱਗੀ ਹਾਂ, ਹੈ ਇਹ ਮੁੰਡੇ ਨੇ ਮੈਨੂੰ ਇੱਦਾਂ ਬੋਲਿਆ, ਭੈਣ ਚੋਦਾ ਅੱਜ ਕੱਲ੍ਹ ਮੁੰਡੇ ਤੋਂ ਸੁਣਦਾ ਵੀ ਕੌਣ ਆ, ਕਿਤੇ ਕਾਨੂੰਨ ਵੀ ਨਹੀਂ ਸੁਣਦਾ ਮੁੰਡਿਆਂ ਦੀ, ਤਾਂ ਉਹ ਵੀ ਭੈਣ ਜੇ ਮੁੰਡੇ ਦਾ ਰੇਪ ਹੋ ਜੇ ਤਾਂ ਵੀ ਮੁੰਡਾ ਗਲਤ, ਜੇ ਕੁੜੀ ਦਾ ਰੇਪ ਹੋ ਜੇ ਤਾਂ ਵੀ ਮੁੰਡਾ ਗਲਤ, ਮੁੰਡਾ ਕਿਤੇ ਜਾਵੇ ਭੈਣ ਜਦੋਂ ਕੁੜੀਆਂ ਰੋ ਪਿੱਟ ਕੇ ਦੋ ਹੱਥ ਰੂ ਭਗਾ ਲਿਓ, ਮੇਰੇ ਮੰਮੀ ਪਾਪਾ ਨੇ ਬੋਲਿਆ, ਮੇਰੇ ਮੰਮੀ ਪਾਪਾ ਨੇ ਬੋਲਿਆ, ਭੈਣ ਦਾ ਲੋੜੇ ਕਿਹੜੀ ਤੇਰੀ ਗਾਂਢ ਮਾਰ ਲਈ ਉਹਨੇ, ਇੱਕੋ ਗੱਲ ਕਹੀ ਨਾ ਕਿ ਤੇਰੇ ਮਾਂ ਪਿਓ ਤੱਕ ਠੀਕ ਨਹੀਂ ਹੋਏ, ਜਿਹੜੇ ਤੂੰ ਹਜੇ ਤੱਕ ਕੁੱਤੇ ਕੰਮ 'ਚ ਲੜੀ ਹੋਈ ਆ, ਜਦੋਂ ਤੈਨੂੰ ਲੋੜ ਸੀਗੀ ਉਦੋਂ ਤੂੰ ਕੰਮ ਕੀਤਾ ਠੀਕ ਹੈ, ਹੁਣ ਤੇਰੇ ਮਾਂ ਪਿਓ ਠੀਕ ਨਹੀਂ ਹੋਏ ਹਜੇ ਤੱਕ, ਤੂੰ ਭੈਣ ਦਾ ਲੋੜੀ ਤੇ ਉਹਨੂੰ ਉਹਦੇ ਬੱਚਿਆਂ ਨਾਲ ਸਵਾਤਾ, ਅੱਥੋਂ ਪਤਾ ਲੱਗਦਾ ਤੂੰ ਆਪਣੇ ਪਿਓ ਨਾਲ ਸੁੱਤੀ ਹੋਈ ਆ, ਕੁੱਤੇ ਦੀ ਬੱਚੀਏ। ਕੂਲ ਬਖਚੋਦੀ ਵਾਲਿਆ ਕੂਲ, ਨਹੀਂ ਯਾਰ ਇਹੋ ਜਿਹੀਆਂ ਹਰਾਮ ਦੀਆਂ ਜਨਾਨੀਆਂ ਨੂੰ ਨਾ ਭੈਣ ਚੋਦਾਂ ਨੂੰ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਹੀਂ, ਇਹ ਐਗਜ਼ਿਸਟ ਨਹੀਂ ਕਰਦੀਆਂ ਭੈਣ ਦੁਨੀਆ ਤੇ। ਇੱਕ ਇਹਦੀ ਕੈਟਾਗਰੀ ਦਾ ਦੂਜਾ ਬੰਦਾ ਬਲੋਗਰ ਆਪਣਾ ਮਿਸਟਰ ਐਂਡ ਮਿਸੇ ਬਾਵਾ,
ਇਹਨਾਂ ਨੇ ਏਡਾ ਫੁੱਦੂ ਖਿੱਚਿਆ ਹੋਇਆ ਜਨਤਾ ਦਾ, ਏਡਾ ਫੁੱਦੂ ਖਿੱਚਿਆ ਹੋਇਆ ਜਨਤਾ ਤੇ ਮੈਂ ਤੇ ਉਸ ਜਨਤਾ ਦੇ ਹੈਰਾਨ ਆ ਜਿਹੜੀ 8-10 ਹਜ਼ਾਰ ਇਹਨੂੰ ਦੇਖਦੀ ਆ ਅਜੇ ਵੀ, ਅਜੇ ਵੀ ਜਿਹੜੀ ਇਹਦੀਆਂ ਗੱਲਾਂ ਨੂੰ ਸੱਚ ਮੰਨ ਕੇ ਜਾਂ ਐਂਟਰਟੇਨਮੈਂਟ ਲੈਂਦੇ ਆ ਇਹਦੇ ਕੋਲੋਂ। ਇੱਕ ਬਲੌਗ ਜੇ ਪਾਉਂਦਾ ਵਾ ਪ੍ਰੈਗਨੈਂਸੀ ਦੇਖੋ ਜੀ, ਹੈਂ ਅਲਟਰਾਸਾਊਂਡ ਦੀ ਸਕੈਨਿੰਗ ਦੇਖ ਲਓ, ਦੂਜੀ 'ਚ ਪਾਉਂਦਾ ਬੇਬੀ ਹੈ ਜਾਂ ਨਹੀਂ ਹੈ, ਤੀਜਾ ਪਾਉਂਦਾ ਵਾ ਇਹ ਸਾਡੇ ਨਾਲ ਹੁਣ ਕੀ ਹੋ ਰਿਹਾ, ਚੌਥਾ ਪਾਉਂਦਾ ਵਾ ਅੱਜ ਅਸੀਂ ਸਭ ਕੁਝ ਦੱਸਾਂਗੇ ਕਿਵੇਂ ਪ੍ਰੈਗਨੈਂਸੀ ਹੋਈ, ਕਦੇ ਪਾਉਂਦਾ ਵਾ ਕਿ ਕਿਰਤਲੀਨ ਦੀ ਪ੍ਰੈਗਨੈਂਸੀ ਦਾ, 9 ਮਹੀਨੇ ਦੀ ਪ੍ਰੈਗਨੈਂਸੀ ਦਾ ਸਾਰਾ ਵਲੋਗ ਆਊਗਾ। ਉਹ ਤੇਰੀ ਉਹ ਮਾਂ ਦਾ ਫੁੱਦਾ ਮਾਰਿਆ ਫੁੱਦੀ ਜਿਹਾ ਹੁੰਦਾ ਕੁੱਤਿਆ, ਸਾਡੇ ਦਿਮਾਗ ਨੂੰ ਵਰਤਲਾ ਥੋੜਾ ਜਿਹਾ, ਉਹ ਕਿਰਤਲੀਨ ਦੀ ਪ੍ਰੈਗਨੈਂਸੀ ਨਹੀਂ ਹੈਗੀ, ਤੇਰੀ ਘਰ ਵਾਲੀ ਤੇਰੀ ਨਨ ਦੀ ਪ੍ਰੀਤ ਦੀ ਪ੍ਰੈਗਨੈਂਸੀ ਆ ਉਹ, ਸਾਲਿਆ ਦਿਮਾਗ ਦਾ ਬੋਝਾ। ਮੈਂ ਜਦੋਂ ਪਹਿਲਾਂ ਕਹਿੰਦਾ ਰਿਹਾ ਨਾ ਤੈਨੂੰ ਕਿ ਜਦੋਂ ਤੁਸੀਂ ਸਕੂਲ ਪੜ੍ਹਨ ਦਾ ਟਾਈਮ ਸੀ ਕੋਈ ਬਾਥਰੂਮ ਵਿੱਚ ਜਾ ਕੇ ਘੱਸੇ ਮਾਰਦੇ ਰਹੋ ਇੱਕ ਦੂਜੇ ਦੇ, ਉਦੋਂ ਤੂੰ ਮੰਨਿਆ ਨਹੀਂ, ਉਦੋਂ ਵੀ ਮਨ ਇਸ ਗੱਲ ਨੂੰ ਤੁਸੀਂ ਸਾਲੇ ਉਹੀ ਕੰਮ ਕਰਦੇ ਰਹੇ ਹੋ ਜਾ ਕੇ ਬਾਥਰੂਮਾਂ 'ਚ, ਸਕੂਲੇ ਨਹੀਂ ਪੜ੍ਹੇ ਹੋਏ ਤੁਸੀਂ, ਅੱਡੀ ਅਕਲ ਹੈਨੀ ਤੁਹਾਨੂੰ ਭੈਣ ਚੋਦੇ, ਇੰਨਾ ਇਰੀਟੇਟ ਕਰ ਰਿਹਾ ਤੁਸੀਂ, ਇੰਨਾ ਇਰੀਟੇਟ ਕਰ ਰਿਹਾ ਕਿ ਹੁਣ ਸੱਚੀ ਉਹ ਦਿਲੋਂ ਗਾਲਾਂ ਨਿਕਲ ਰਹੀਆਂ ਹੁਣ। ਅੱਗੇ ਤੇ ਚਲੋ ਸੋਚਦੇ ਕਿ ਹਾਂ ਵੀ ਯਾਰ ਦਫਾ ਕਰ ਯਾਰ, ਕੀ ਗਾਲਾਂ ਕੱਢਣੀਆਂ ਇੰਨੀਆਂ ਜ਼ਿਆਦਾ, ਇਹ ਸੁਧਰ ਜਾਣਗੇ। ਤੂੰ ਭੈਣ ਚੋਦਾ ਫੁੱਦੂ ਕੰਮ ਹੀ ਫੜ ਲਿਆ, ਜਿਨ੍ਹਾਂ ਦੇ ਬੱਚੇ ਨਹੀਂ ਨਾ ਹੁੰਦੇ ਉਹਨਾਂ ਨੂੰ ਪੁੱਛ ਕੇ ਦੇਖ ਕੀ ਹਾਲ ਹੁੰਦਾ, ਜਿਨ੍ਹਾਂ ਦੇ ਬੱਚਿਆਂ ਨਾਲ ਜਿਵੇਂ ਜਿਨ੍ਹਾਂ ਇਹਨਾਂ ਮਿਸਕੈਰੇਜ ਹੋਏ ਹੁੰਦੇ ਆ ਉਹਨਾਂ ਨੂੰ ਪੁੱਛ ਕੇ ਦੇਖ ਕੀ ਹਾਲ ਹੁੰਦਾ। ਤੁਸੀਂ ਸਾਲੇ ਇੱਕ ਤਾਂ ਡਰਾਮਾ ਹੀ ਫੜ ਲੈਣਾ, ਇੱਕ ਦਿਨ ਤੁਹਾਡੇ ਬੱਚਾ ਪਰਾਇਆ ਠਹਿਰ ਗਿਆ, ਦੂਜੇ ਦਿਨ ਤੁਹਾਡਾ ਬੱਚਾ ਡਿੱਗ ਗਿਆ, 15 ਦਿਨਾਂ ਬਾਅਦ ਤੇਰੇ ਬੱਚਾ ਤੇਰੀ ਜਨਨੀ ਨੇ ਫਿਰ ਠਹਿਰ ਗਿਆ, 16ਵੇਂ ਦਿਨ ਫਿਰ ਡਿੱਗ ਗਿਆ। ਉਹ ਤੇਰੀ ਜਨਾਨੀ ਆ ਕਿ ਭੈਣ ਚੋ, ਕੀ ਆ ਉਹ, ਕੀ ਬੁਲਾਇਆ ਉਹ, ਕਿਤੇ ਭੈਣ ਦਾ ਯਾਰ ਕੁੱਜਾ ਤੇ ਨਹੀਂ ਹੈਗਾ, ਕੁੜੀ ਚੋ ਦਾ ਅੱਜ ਭਰਤਾ ਦਹੀਂ ਨਾਲ ਦੂਜੇ ਦਿਨ ਡੋਲਤਾ। ਸਾਲੇ ਦਿਮਾਗ ਨੂੰ ਵਰਤੋ ਆਪਣਾ ਥੋੜਾ ਬਹੁਤਾ, ਜਨਤਾ ਨੂੰ ਢੰਗ ਦੇ ਰਸਤੇ ਪਾਓ, ਜਿਹੜੀ ਤੈਨੂੰ 8-10 ਹਜ਼ਾਰ ਜਨਤਾ ਦੇਖਦੀ ਨਾ ਯਾਦ ਰੱਖੀ ਇਹ ਵੀ ਡਿੱਗ ਜਾਣੀ ਕਿਸੇ ਦਿਨ, ਇੱਕ ਦਿਨ ਇਹੋ ਜਿਹਾ ਆਉਣਾ ਵਾ, ਜਿਸ ਦਿਨ ਇਹ ਜਨਤਾ ਨੇ ਵੀ ਪਿੱਛੇ ਹਟ ਜਾਣੇ, ਸਟੈਪ ਬੈਕ ਕਰ ਲੈਣਾ। ਤੂੰ ਭਾਲਦਾ ਵਾ ਉਦੋਂ ਵਾਲੇ ਦਿਨ ਜਿਹੜੇ ਤੇਰੇ 80-80, 90-90 ਹਜ਼ਾਰ, ਲੱਖ-ਲੱਖ ਵਿਊ ਜਾਂਦੇ ਸੀਗੇ ਜਦੋਂ ਤੁਸੀਂ ਕੌਂਟਰਵਰਸੀਆਂ ਖੇਡਦੇ ਸੀਗੇ, ਹੁਣ ਤੇਰੇ ਆ ਨਾ 10-10 ਹਜ਼ਾਰ ਵਿਊ, ਹੁਣ ਪੱਟੇ ਵੀ ਤੇਰੀ ਪੂਰੀ, ਤਾਂ ਤੂੰ ਨਿਤ ਨਵੇਂ ਗੁਣ ਕੋਈ ਨਾ ਕੋਈ ਗਾਣ ਮੰਗਾ ਕਰਦਾਂਗੇ, ਤਾਂ ਕੋਈ ਵੱਡਾ ਰੋਸਟ ਤੇਰੀ ਗਾਣ ਦੇ ਬੰਬੂ ਦੇਵੇ ਤੇ ਤੈਨੂੰ ਵਿਊ ਆਉਣ ਫਿਰ ਤੋਂ, ਤਾਂ ਤੂੰ ਉਦੋਂ ਕੌਂਟਰਵਰਸੀ ਭਾਲਣ ਨੂੰ ਫਿਰਦਾ ਸੀਗਾ ਕਿ ਕੌਂਟਰਵਰਸੀ ਵੱਧ ਜਾਵੇ ਤੇ ਮੈਨੂੰ ਸਵਾਦ ਆਵੇ, ਮੈਨੂੰ ਵਿਊ ਆਉਣ। ਫੁੱਦੀ ਤੇ ਪੂਰੀ ਦਿਹਾੜੀ ਬੈਠ ਕੇ ਝਾੜੀਆਂ 'ਚ ਕੁੰਡੀ ਬਣਾਉਂਦਾ ਨਾ ਤੂੰ, ਭੈਣ ਤੂੰ ਕੰਮ ਕੀ ਕਰਦਾ, ਕੰਮ ਕਰ ਰਿਹਾ ਤੈਨੂੰ ਕੋਈ, ਕੰਮ ਕੁੰਮ ਕਰ ਲਿਆ ਕਰ, ਵੈਸੇ ਵੀ ਕਹਿੰਦੇ ਹੁੰਦੇ ਸਾਡੇ ਸਕੂਲ 'ਚ ਪੜ੍ਹਾ ਦਿੰਦੇ ਹੈਗੇ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਤੂੰ ਕੰਮ ਕਰ ਲਿਆ ਕਰ, ਕੋਈ ਸਾਲੇ ਸ਼ੈਤਾਨ ਨੂੰ ਆਪਣੇ ਦਿਮਾਗ ਜਿਹੜਾ ਸ਼ੈਤਾਨ ਨਾ ਬਿਠਾ, ਕੋਈ ਕੰਮ ਕੁੰਮ ਕਰ ਲੈ, ਨਹੀਂ ਕੋਈ ਕੰਮ ਲਾਗੇ ਹੈਗੇ ਝਾੜੀਆਂ ਵੱਢ ਲੈ ਘਰ ਦੀਆਂ, ਜਿਹੜੇ ਘਰਦੇ ਰਹਿੰਦੇ ਝਾੜੀਆਂ ਨਾ ਉਹਨੂੰ ਵੱਢ ਲੈ, ਭੈਣ ਚੋਦਾ ਨਿੱਕੇ ਜਿਹੇ ਜਵਾਬ ਨੂੰ ਝਾੜੀਆਂ ਵਾਲੇ ਪਾਸੇ ਤੋਰੇ ਫਿਰਦਾ ਹੁੰਦਾ, ਅਕਲ ਨੂੰ ਹੱਥ ਮਾਰ ਭੈਣ ਚੋਦਾ, ਬੱਚੇ ਨੂੰ ਕੰਟੈਂਟ ਬਣਾ ਬੈਠੇ ਤਾਂ ਤੂੰ, ਜਦੋਂ ਵੱਡੀ ਹੋਏਗੀ ਉਹ ਕੁੜੀ ਉਹਦੇ ਦਿਮਾਗ ਤੇ ਕਿੰਨਾ ਅਸਰ ਪਊਗਾ, ਸੋਚਿਆ ਤੁਸੀਂ ਕਦੀ ਕੁਛ, ਤੁਹਾਨੂੰ ਤਾਂ ਸਾਲੇ ਸਿਰਫ ਪੈਸੇ ਚਾਹੀਦੇ ਆ, ਬੱਚਾ ਭਾਵੇਂ ਵੱਡਾ ਹੋ ਕੇ ਡਿਪਰੈਸ਼ਨ 'ਚ ਜਾਵੇ ਜੋ ਮਰਜ਼ੀ ਹੋਵੇ ਉਹਦੇ ਨਾਲ, ਤੁਹਾਨੂੰ ਕੋਈ ਲੈਣਾ ਦੇਣਾ ਨਹੀਂ, ਤੁਹਾਨੂੰ 2-4 ਗਾਲਾਂ ਕੱਢਦੀ ਤੁਸੀਂ ਡਿਪਰੈਸ਼ਨ ਚਲੇ ਜਾਂਦੇ ਹੋ, ਵੀ ਤੇ ਮਰਨ ਹੋ ਗਿਆ ਜੀ, ਸਾਨੂੰ ਗਾਲਾਂ ਕੱਢਦੀ ਸਾਡਾ ਤੇ ਮਰਨ ਹੋ ਗਿਆ ਜੀ, ਕੱਲ ਨੂੰ ਤੁਸੀਂ ਸੋਚਿਆ ਕਦੀ ਭੈਣ ਚੋਦੋ ਬੱਚੇ ਨਾਲ ਕਿੰਨਾ ਤੁਸੀਂ ਟੋਰਚਰ ਕਰ ਰਹੇ ਹੋ ਇਸ ਵੇਲੇ, ਕਿੰਨਾ ਮਤਲਬ ਕਿ ਉਸ ਬੱਚੇ ਦੇ ਉੱਤੇ ਪ੍ਰੈਸ਼ਰ ਪਾ ਰਹੇ ਦਿਮਾਗ ਦੇ ਉੱਤੇ, ਵੀਡੀਓ ਬਣਾਉਣ ਵਾਸਤੇ ਬੱਚੇ ਇਹ ਬੋਲ, ਬੱਚੇ ਇਹ ਬੋਲ, ਬੱਚੇ ਆਹ ਬੋਲ, ਬੱਚੇ ਆਹ ਬੋਲ, ਠੀਕ ਆ ਕੁਛ ਮੂਵਮੈਂਟ ਹੁੰਦੇ ਆ ਯਾਰ ਇਹੋ ਜਿਹੇ ਹੱਸਣ ਖੇਡਣ ਵਾਲੇ, ਮਗਰ ਇਹ ਨਹੀਂ ਕਿ ਡੇਲੀ ਉਹੀ ਨਿਤ ਨਵਾਂ ਉਹੀ ਚੱਲਿਆ ਜਾਵੇ ਕਿ ਤੂੰ ਆ ਕਰ, ਕਿ ਤੂੰ ਆ ਕਰ, ਕਿ ਤੂੰ ਕੰਟੈਂਟ ਨਾ ਬਣਾਓ ਉਹਨੂੰ, ਤੁਸੀਂ ਬੱਚਿਆਂ ਨੂੰ ਕੰਟੈਂਟ ਹੀ ਬਣਾ ਲਿਆ, ਅਸੀਂ ਜਦੋਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਰੇ ਕੰਟੈਂਟ ਜੰਮ ਰਹੇ ਹੋ, ਜਦੋਂ S2R2 ਵੀ ਕਹਿੰਦੀ ਹੈ ਕਿ ਹਾਂ ਵੀ ਤੁਸੀਂ ਕੰਟੈਂਟ ਜੰਮ ਰਹੀਆਂ ਹੋ, ਉਦੋਂ ਤੁਹਾਡੀਆਂ ਸਾਰੇ ਦੇ ਗਿਲਰਮਣ ਵਰਗੀਆਂ ਦੀਆਂ ਸਾਰੀਆਂ ਦੀਆਂ ਬੁੰਡਾਂ ਪਾੜਦੀਆਂ, ਤਾਂ ਤੁਸੀਂ ਧਰਮ ਦੇ ਖਾਤੇ 'ਚ ਵਾੜ ਦਿੰਦੇ ਹੋ ਸਾਰੇ ਬਲੋਗਰ ਰਲ ਕੇ, ਉਹ ਫੁੱਦੀ ਤਾਂ ਕੋਈ ਨਾ ਕੋਈ ਦਿਮਾਗ ਨੂੰ ਹੱਥ ਮਾਰੋ, ਅਸੀਂ ਤੁਹਾਡੇ ਵੱਲ ਭਲੇ ਵਾਸਤੇ ਹੀ ਕਹਿੰਦੇ ਹਾਂ, ਇਹਦੇ ਵਿੱਚ ਸਾਡਾ ਬੇਸ਼ੱਕ ਸਾਡਾ ਖੁਦ ਦਾ ਫਾਇਦਾ ਹੈਗਾ, ਸਾਡਾ ਖੁਦ ਦਾ ਫਾਇਦਾ ਕੀ ਆ ਕਿ ਬਾਈ ਕੱਲ੍ਹ ਨੂੰ ਸਾਡੀ ਜਿਹੜੀ ਸਾਡੇ ਜਿਹੜੇ ਬੱਚੇ ਹੋਣੇ, ਸਾਡੀ ਜਿਹੜੀ ਜਨਰੇਸ਼ਨ ਆਉਣੀ ਅੱਗੇ, ਨੈਕਸਟ ਜਨਰੇਸ਼ਨ ਆਉਣੀ ਜਿਹੜੀ, ਉਹਨਾਂ ਨੂੰ ਸਾਫ਼ ਸੁਥਰਾ ਪੰਜਾਬ ਮਿਲੇ, ਜਿਵੇਂ ਸਾਡੇ ਮਾਂ ਪਿਓ ਨੇ ਸਾਨੂੰ ਦਿੱਤਾ ਸੀ ਸਾਫ਼ ਸੁਥਰਾ ਪੰਜਾਬ, ਉਵੇਂ ਸਾਡੇ ਬੱਚਿਆਂ ਨੂੰ ਅਸੀਂ ਦੇ ਕੇ ਜਾਈਏ, ਨਾ ਕਿ ਕੰਜਰਖਾਨਾ ਦੇ ਕੇ ਜਾਈਏ, ਸੁਰਲੀਨ ਵਰਗੀਆਂ ਮਿੱਤੀ ਵਰਗੀਆਂ ਗਸਤੀਆਂ ਦੇ ਕੇ ਜਾਈਏ। ਯਾਦ ਰੱਖਿਓ ਹੀਰਾ ਮੰਡੀ ਪਾਕਿਸਤਾਨ ਬੜੀ ਦੂਰ ਆ,
ਆ ਆਪਣੇ ਪੰਜਾਬ ਚ ਬੜੀਆਂ ਖੁੱਲ ਜਾਣੀਆਂ ਨੇ ਏਦਾਂ ਦੀਆਂ ਸੋਸ਼ਲ ਮੀਡੀਆ ਤੇ ਕਦੇ ਭੈਣ ਜਦੋਂ ਮੁਜਰਾ ਦੇਖਣ ਬਾਅਦ ਰਾਜੇ ਮਹਾਰਾਜੇ ਕੋਠੇ ਤੇ ਜਾਂਦੇ ਹੁੰਦੇ ਅੱਜ ਕੱਲ੍ਹ ਘਰ ਘਰ ਕੋਠਾ ਪਹੁੰਚਿਆ ਹੋਇਆ ਤੁਹਾਡਾ ਆਪਣੇ ਘਰੇ ਤੁਸੀਂ ਕੋਠਾ ਨਾ ਆਪਣੇ ਘਰ ਦਾ ਕੋਠਾ ਤੁਸੀਂ ਮੋਬਾਈਲ ਤੇ ਲਿਆ ਕੇ ਲੋਕਾਂ ਦੇ ਘਰੇ ਪਜਾਇਆ ਹੋਇਆ ਵਾ ਉਹਦੇ ਤੁਹਾਨੂੰ ਪੈਸੇ ਮਿਲ ਰਹੇ ਆ ਅੱਗੇ ਰਾਜੇ ਮਹਾਰਾਜੇ ਉੱਥੇ ਜਾ ਕੇ ਪਜਾਉਂਦੇ ਹੁਣ ਤੁਸੀਂ ਆਪ ਘਰੇ ਡਿਲੀਵਰ ਕਰ ਰਹੇ ਹੋ ਬਸ ਯਾਰ ਮੈਂ ਇੰਨਾ ਕਿ ਇਹਨਾਂ ਵਾਸਤੇ ਕਹਿਣਾ ਸੀਗਾ ਕਿ ਯਾਰ ਸੁਧਰ ਜਾਣ ਤੇ ਚੰਗੀ ਗੱਲ ਆ ਨਹੀਂ ਸੁਧਰ ਗਏ ਤੇ ਇਹਨਾਂ ਦੇ ਗਾਣੇ ਚ ਬੰਬੂ ਦਿੰਦੇ ਰਹਿਣਾ ਆਪਾਂ ਪਿੱਛੇ ਨਹੀਂ ਹਟਣਾ ਚੰਗਾ ਜੀ ਜਿਉਂਦਾ ਰਿਹਾ ਤਾਂ ਮਿਲਾਂਗਾ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।